ਇਹ ਕਹਾਣੀ ਉਸ ਵੇਲੇ ਦੀ ਹੈ ਜਦੋਂ ਇਹ ਫੈਸਲਾ ਕੀਤਾ ਗਿਆ ਕਿ ਹਿੰਦੁਸਤਾਨ ਦੀ ਵੰਡ ਹੋਏਗੀ ਅਤੇ ਦੋ ਮੁਲਕ ਬਣਨਗੇ, ਭਾਰਤ ਅਤੇ ਪਾਕਿਸਤਾਨ। ਸਵਾਲ ਇਹ ਖੜਾ ਹੋਇਆ ਕਿ ਕਿਹੜਾ ਹਿੱਸਾ ਭਾਰਤ ਵਿੱਚ ਰਹੇਗਾ ਅਤੇ ਕਿਹੜਾ ਪਾਕਿਸਤਾਨ ਦੇ ਹਵਾਲੇ ਜਾਏਗਾ। ਇਸ ਦੀ ਜ਼ਿੰਮੇਵਾਰੀ ਬ੍ਰਿਟਿਸ਼ ਵਕੀਲ ਸਿਰਿਲ ਰੈਡਕਲਿਫ ਨੂੰ ਦਿੱਤੀ ਗਈ। ਸਿਰਿਲ ਰੈਡਕਲਿਫ ਅਣਵੰਡੇ ਹਿੰਦੁਸਤਾਨ ਦੇ ਨਕਸ਼ੇ 'ਤੇ ਪੰਜਾਬ ਦੀ ਵੰਡ ਦੀ ਲਕੀਰ ਖਿੱਚ ਚੁੱਕੇ ਸਨ। ਕੁਝ ਦਿਨਾਂ ਬਾਅਦ ਹੀ ਤਤਕਾਲੀ ਵਾਇਸ ਰਾਏ ਲਾਰਡ ਮਾਊਂਟਬੈਟਨ ਨੇ ਸਿਰਿਲ ਰੈਡਕਲਿਫ ਨੂੰ ਆਪਣੇ ਕੋਲ ਖਾਣੇ 'ਤੇ ਸੱਦਿਆ। ਖਾਣੇ ਦੀ ਮੇਜ਼ 'ਤੇ ਦੋਨਾਂ ਦੇ ਵਿਚਾਲੇ ਪੰਜਾਬ ਨੂੰ ਲੈ ਕੇ ਲੰਮੀ ਗੱਲਬਾਤ ਹੋਈ, ਜਿਸ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਤਕਦੀਰ ਹੀ ਬਦਲ ਦਿੱਤੀ। ਖਾਣੇ ਦੀ ਉਸ ਮੇਜ਼ 'ਤੇ ਜਿਨ੍ਹਾਂ ਜ਼ਿਲ੍ਹਿਆਂ ਬਾਰੇ ਫੈਸਲਾ ਕੀਤਾ ਗਿਆ ਉਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਵੀ ਸੀ। ਲੰਡਨ ਸਥਿਤ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਸਿਰਿਲ ਰੈਡਕਲਿਫ ਦੇ ਨਿੱਜੀ ਸਕੱਤਰ ਕ੍ਰਿਸਟੋਫਰ ਬੋਮੈਂਟ ਦਾ 1992 ਵਿੱਚ ਦ ਟੈਲੀਗ੍ਰਾਫ ਦੇ ਲਈ ਲਿਖਿਆ ਗਿਆ ਇੱਕ ਆਰਟੀਕਲ ਮਿਲਿਆ। ਉਸ ਲੇਖ ਵਿੱਚ ਉਹਨਾਂ ਨੇ ਰੈਡਕਲਿਫ ਅਤੇ ਮਾਊਂਟਬੈਟਨ ਦੇ ਇਸ ਲੰਚ ਦਾ ਜ਼ਿਕਰ ਕੀਤਾ ਹੈ। ਕ੍ਰਿਸਟੋਫਰ ਬੋਮੈਂਟ ਦੇ ਮੁਤਾਬਕ ਰੈਡਕਲਿਫ ਨੇ ਪੰਜਾਬ ਦੀ ਸਰਹੱਦ ਦਾ ਜੋ ਨਕਸ਼ਾ ਬਣਾਇਆ ਸੀ ਉਸ ਵਿੱਚ ਫਿਰੋਜ਼ਪੁਰ ਪਾਕਿਸਤਾਨ ਨੂੰ ਦਿੱਤਾ ਗਿਆ ਸੀ, ਪਰ ਆਖਰੀ ਪਲਾਂ ਵਿੱਚ ਮਾਊਂਟਬੈਟਨ ਦੇ ਕਹਿਣ 'ਤੇ ਰੈਡਕਲਿਫ ਨੇ ਫਿਰੋਜ਼ਪੁਰ ਨੂੰ ਹਿੰਦੁਸਤਾਨ ਨੂੰ ਦੇ ਦਿੱਤਾ। ਕ੍ਰਿਸਟੋਫਰ ਬੋਮੈਂਟ ਦੇ ਬੇਟੇ ਰੋਬਰਟ ਬੋਮੈਂਟ ਨੇ BBC ਨੂੰ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਮਾਊਂਟਬੈਟਨ ਨੂੰ ਨਫ਼ਰਤ ਕਰਦੇ ਸਨ। ਰੋਬਰਟ ਦੇ ਮੁਤਾਬਕ ਉਹਨਾਂ ਦੇ ਪਿਤਾ ਕ੍ਰਿਸਟੋਫਰ ਬੋਮੈਂਟ ਦਾ ਮੰਨਣਾ ਸੀ ਕਿ ਪੰਜਾਬ ਵਿੱਚ ਹੋਈ ਕਤਲੋਗਾਰਾਂ ਦੀ ਜ਼ਿੰਮੇਵਾਰੀ ਮਾਊਂਟਬੈਟਨ ਨੂੰ ਲੈਣੀ ਚਾਹੀਦੀ ਸੀ। BBC ਨਾਲ ਗੱਲਬਾਤ ਦੌਰਾਨ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਪਿਤਾ ਵੰਡ ਦੀ ਲਕੀਰ ਬਦਲਣ ਦੇ ਫੈਸਲੇ ਤੋਂ ਕਾਫ਼ੀ ਨਾਰਾਜ਼ ਸਨ, ਕਿਉਂਕਿ ਲਕੀਰ ਦਾ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ। ਦਸਤਾਵੇਜ਼ ਪੰਜਾਬ ਦੇ ਤਤਕਾਲੀ ਗਵਰਨਰ ਸਰ ਐਵਨ ਜੈਂਕਿੰਸ ਨੂੰ ਦੇ ਦਿੱਤੇ ਗਏ ਸਨ ਅਤੇ ਸਾਰਿਆਂ ਨੂੰ ਪਤਾ ਸੀ ਕਿ ਲਕੀਰ ਕਿੱਥੇ ਬਣਨ ਵਾਲੀ ਹੈ। ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਮਾਊਂਟਬੈਟਨ ਨਹਿਰੂ ਦੇ ਦਬਾਅ ਵਿੱਚ ਆ ਗਏ, ਜਿਸ ਦੀ ਵਜ੍ਹਾ ਨਾਲ ਹਜ਼ਾਰਾਂ ਮਾਸੂਮਾਂ ਦੀ ਜਾਨ ਗਈ। ਮੇਰੇ ਪਿਤਾ ਨੂੰ ਪਤਾ ਸੀ ਕਿ ਵੰਡ ਦਾ ਨਤੀਜਾ ਬਹੁਤ ਬੁਰਾ ਹੋਏਗਾ, ਪਰ ਆਖਰੀ ਪਲ ਵਿੱਚ ਲਕੀਰ ਬਦਲਣ ਤੋਂ ਹਾਲਾਤ ਬਦ ਤੋਂ ਬਦਤਰ ਹੋ ਗਏ। ਲਕੀਰ ਵਿੱਚ ਇਸ ਬਦਲਾਅ ਨਾਲ ਫਿਰੋਜ਼ਪੁਰ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਦੀ ਜਾਨ ਦਾਅ 'ਤੇ ਲੱਗ ਗਈ। ਇਸ ਤ੍ਰਾਸਦੀ ਨੂੰ ਨੇੜੇ ਤੋਂ ਦੇਖਣ ਵਾਲੇ ਦੋ ਲੋਕਾਂ ਨਾਲ BBC ਨੇ ਗੱਲਬਾਤ ਕੀਤੀ ਸੀ। 100 ਵਰ੍ਹਿਆਂ ਦੀ ਮੀਨਾ ਬੀਬੀ ਵੰਡ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਰਹਿੰਦੇ ਸਨ। ਵੰਡ ਹੋਣ ਤੋਂ ਬਾਅਦ ਇੱਕ ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਫਿਰੋਜ਼ਪੁਰ ਛੱਡ ਕੇ ਸਰਹੱਦ ਦੇ ਪਾਰ ਯਾਨੀ ਪਾਕਿਸਤਾਨ ਜਾਣਾ ਪਏਗਾ। ਮੀਨਾ ਬੀਬੀ ਪਾਕਿਸਤਾਨ ਦੇ ਬੂਰੇ ਵਾਲਾ ਪਿੰਡ ਵਿੱਚ ਚਲੇ ਗਏ। ਵੰਡ ਦੀ ਅੱਗ ਵਿੱਚ ਇਹਨਾਂ ਦੇ ਪਰਿਵਾਰ ਦੇ 19 ਲੋਕ ਮਾਰੇ ਗਏ ਸਨ। 7 ਦਹਾਕੇ ਪਹਿਲਾਂ ਹੋਈ ਇਸ ਖੌਫਨਾਕ ਘਟਨਾ ਦਾ ਉਹ ਦਿਨ ਉਹ ਕਦੇ ਨਹੀਂ ਭੁੱਲ ਸਕੇ। ਮੀਨਾ ਬੀਬੀ ਨੇ ਆਪਣੇ ਪਤੀ ਅਤੇ 2 ਬੱਚਿਆਂ ਦੇ ਨਾਲ ਸਰਹੱਦ ਪਾਰ ਇੱਕ ਨਵੇਂ ਮੁਲਕ ਵਿੱਚ ਕਦਮ ਰੱਖਿਆ ਸੀ। ਉਹਨਾਂ BBC ਨੂੰ ਦੱਸਿਆ ਸੀ, ਅਸੀਂ ਸਭ ਕੁਝ ਛੱਡ ਕੇ ਆ ਗਏ, ਬਸ ਆਪਣੀ ਜਾਨ ਬਚਾਈ ਅਤੇ ਇੱਥੇ ਆ ਗਏ। ਮੇਰੇ ਮਾਪੇ ਸਾਨੂੰ ਕਸੂਰ ਵਿੱਚ ਮਿਲੇ। ਮੇਰੇ ਪਿਤਾ ਨੇ ਸਿਰਫ ਇੱਕ ਸਾਫਾ ਪਾਇਆ ਹੋਇਆ ਸੀ, ਉਹਨਾਂ ਕੋਲ ਕੁਰਤਾ ਤੱਕ ਨਹੀਂ ਸੀ। ਮੈਂ ਆਪਣੀ ਇੱਕ ਕੁਰਤੀ ਉਹਨਾਂ ਨੂੰ ਦਿੱਤੀ। ਮੇਰੇ ਕੋਲ ਕੱਪੜਿਆਂ ਦਾ ਇੱਕ ਟਰੰਕ ਸੀ, ਉਸ ਟਰੰਕ 'ਚੋਂ ਮੈਂ ਕਿਸੇ ਨੂੰ ਸਲਵਾਰ ਦਿੱਤੀ, ਕਿਸੇ ਨੂੰ ਕੁਰਤੀ ਦਿੱਤੀ। ਉੱਥੇ ਹੀ ਬੂਰੇਵਾਲਾ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਰਹੱਦ ਦੇ ਦੂਜੇ ਪਾਸੇ ਯਾਨੀ ਮੌਜੂਦਾ ਹਿੰਦੁਸਤਾਨ ਵਿੱਚ ਰਾਮਪਾਲ ਸ਼ੋਰੀ ਪਿਛਲੇ 8 ਦਹਾਕਿਆਂ ਤੋਂ ਫਿਰੋਜ਼ਪੁਰ ਵਿੱਚ ਰਹਿ ਰਹੇ ਸਨ। ਵੰਡ ਦੇ ਵੇਲੇ ਸ਼ੋਰੀ ਕਰੀਬ 13-14 ਸਾਲ ਦੇ ਰਹੇ ਹੋਣਗੇ। ਹਿੰਦੂ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਆਪਣਾ ਮੁਲਕ ਹਿੰਦੁਸਤਾਨ ਤਾਂ ਨਹੀਂ ਛੱਡਣਾ ਪਿਆ, ਪਰ ਆਪਣਿਆਂ ਨੂੰ ਗੁਆਉਣਾ ਜ਼ਰੂਰ ਪਿਆ। ਸ਼ੋਰੀ ਨੇ BBC ਨੂੰ ਦੱਸਿਆ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਨੇੜਲੇ ਮਿੱਤਰਾਂ ਦਾ ਕੀ ਬਣਿਆ। ਸ਼ੋਰੀ ਮੁਤਾਬਕ ਉਹਨਾਂ ਦੇ ਇੱਕ ਟੀਚਰ ਮੁਸਲਮਾਨ ਸਨ, ਉਹਨਾਂ ਦਾ ਨਾਮ ਅਬਦੁਲ ਮਜੀਦ ਸੀ। ਸ਼ੋਰੀ ਨੇ ਦੱਸਿਆ ਕਿ ਅਬਦੁਲ ਮਜੀਦ ਆਪਣਾ ਭੇਸ਼ ਬਦਲ ਕੇ ਪਾਕਿਸਤਾਨ ਪਹੁੰਚੇ ਸਨ। ਉਹਨਾਂ ਨੇ ਮਜੀਦ ਬਾਰੇ ਦੱਸਿਆ ਸੀ ਕਿ ਮਜੀਦ ਲੁਕ ਲੁਕਾ ਕੇ ਪਾਕਿਸਤਾਨ ਪਹੁੰਚੇ ਸਨ। ਉਹ ਹਿੰਦੂਆਂ ਦੀ ਤਰ੍ਹਾਂ ਜਨੇਊ ਅਤੇ ਟੋਪੀ ਪਾ ਲੈਂਦੇ ਸਨ। ਕਿਸੇ ਨੇ ਸਾਨੂੰ ਬਾਅਦ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਆਪਣੀਆਂ ਮੁੱਛਾਂ ਵੀ ਮੁੰਡਵਾ ਲਈਆਂ ਨੇ ਤਾਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ। ਮੀਨਾ ਬੀਬੀ ਅਤੇ ਸ਼ੋਰੀ ਉਹਨਾਂ ਲੋਕਾਂ ਵਿੱਚੋਂ ਨੇ ਜੋ ਲੋਕ ਉਸ ਤ੍ਰਾਸਦੀ ਦਾ ਗਵਾਹ ਬਣੇ ਸਨ। ਉਹਨਾਂ ਨੇ ਦੱਸਿਆ ਕਿ ਜਦੋਂ ਲਾਹੌਰ ਤੋਂ ਟ੍ਰੇਨਾਂ ਆਉਂਦੀਆਂ ਸਨ ਤਾਂ ਉਸ 'ਤੇ ਜ਼ਖਮੀ ਲੋਕ ਲੱਦੇ ਹੋਏ ਆਉਂਦੇ ਸਨ। ਉਹਨਾਂ ਦਿਨਾਂ ਨੂੰ ਉਹ ਯਾਦ ਕਰਦੇ ਹੋਏ ਦੱਸਦੇ ਸਨ ਕਿ ਕਿਸੇ ਦੀ ਬਾਂਹ ਵੱਡੀ ਹੋਈ ਸੀ ਤਾਂ ਕਿਸੇ ਦੇ ਸਿਰ 'ਤੇ ਸੱਟ ਸੀ। ਹਾਲਾਤ ਬਹੁਤ ਵਿਗੜ ਚੁੱਕੇ ਸਨ। ਹਾਲ ਅਜਿਹਾ ਸੀ ਕਿ ਜਿਵੇਂ ਇਨਸਾਨੀਅਤ ਬਹੁਤ ਹੇਠਾਂ ਡਿੱਗ ਗਈ ਹੋਵੇ। ਸਿਰਿਲ ਰੈਡਕਲਿਫ ਅਤੇ ਮਾਊਂਟਬੈਟਨ ਦੇ ਇੱਕ ਛੋਟੇ ਜਿਹੇ ਫੈਸਲੇ ਨੇ ਸਿਰਫ ਮੀਨਾ ਬੀਬੀ ਅਤੇ ਸ਼ੋਰੀ ਦੀ ਨਹੀਂ ਬਲਕਿ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ ਅਤੇ ਉਹ ਜ਼ਖਮ 7 ਦਹਾਕਿਆਂ ਬਾਅਦ ਵੀ ਤਾਜ਼ਾ ਨੇ। ਇਹ ਰਿਪੋਰਟ ਇਸ਼ਲੀਨ ਕੌਰ ਅਤੇ ਸ਼ਿਰਾਜ਼ ਹਸਨ ਨੇ ਸਾਲ 2017 ਵਿੱਚ BBC ਲਈ ਕੀਤੀ ਸੀ।